ਪਿੰਡ ਪਿੰਡ ਸਮਾਨਪੁਰ ਨੂੰ ਬੇਨਤੀ ਹੈ ਵੀ ਉਹਦਾ ਬੰਦਾ ਸੰਭਾਲਣ, ਜੇ ਕੋਈ ਗੱਲ ਹੋ ਗਈ ਫਿਰ ਨਾ ਕਿਉਂ। ਪਿੰਡ ਸਮਾਨਪੁਰ ਜੀ ਸਮਾਣੇ ਦੇ ਨੇੜੇ ਜੀ ਸੋਨੀ ਨੇ ਬੇਨਤੀ ਕੀਤੀ ਆ ਜੀ ਵੀ ਉਹ ਆਪਦਾ ਬੰਦਾ ਮਤਲਬ ਸੋਨੀ ਨੂੰ ਸੰਭਾਲਣ। ਸੋਨੀ ਦੇ ਕਾਲੀ ਹੋਈ ਵੀ ਆ ਘਰੇ ਜਾਣ ਦੀ ਜੀ, ਸੋਨੀ ਹਰ ਵਕਤ ਘਰੇ ਘਰੇ ਕਰੀ ਜਾਂਦਾ ਹੈ ਨਾ ਸੋਨੀ। ਹਾਂ ਜੀ, ਜਾਣਾ ਘਰੇ ਵੀਰੇ? ਹਾਂ ਜੀ, ਪੂਰੇ ਜੀ ਨਹੀਂ ਲੱਗਦਾ। ਘਰ ਸਭ ਕੁਛ ਹੈਗਾ ਜੀ, ਰੋਟੀ ਵੀ ਹੈਗੀ, ਸਾਰਾ ਕੁਛ ਹੈਗਾ ਜੀ। ਉਹ ਤਾਂ ਤੈਨੂੰ ਪਤਾ ਵੀ ਘਰੇ ਪ੍ਰੋਬਲਮ ਕਿੰਨੀ ਹੈ, ਤੁਸੀਂ ਬਿਮਾਰ ਹੋ ਗਏ ਸੀ, ਤੁਹਾਨੂੰ ਪਤਾ ਇਹ ਗੱਲ ਦਾ? ਦਵਾਈ ਮੈਂ ਉੱਥੇ ਵੀ ਖਾਂਦਾ ਜੀ, ਘਰ ਵੀ ਖਾਂਦਾ। ਉਹ ਦਵਾਈ ਹੋਰ ਸੀ, ਇਹ ਹੋਰ ਹੈ। ਹੁਣ ਪਹਿਲਾਂ ਦੱਸੋ ਤੁਹਾਡੀ ਸਿਹਤ ਠੀਕ ਆ? ਹਾਂ ਜੀ। ਚਲੋ ਹੁਣ ਤੁਹਾਨੂੰ ਨਾ ਜਲਦੀ ਉਹ ਘਰੇ ਭੇਜ ਦਾਂਗੇ, ਜਦੋਂ ਆਪਾਂ ਨੂੰ ਸੰਗਤਾਂ ਨੇ ਕਹਿਤਾ ਵੀ ਭਾਈ ਸੋਨੀ ਹੁਣ ਠੀਕ ਆ ਤੁਹਾਡੀਆਂ ਗੱਲਾਂ ਤੋਂ, ਫਿਰ ਆਪਾਂ ਤੁਹਾਨੂੰ ਜਦੇ ਪਿੰਡ ਭੇਜ ਦੇਣਾ। ਪਿੰਡ ਕਿਹੜਾ ਦੂਰ ਆਤਾ ਹੈਗਾ, ਪਿੰਡ ਦੇ ਲਾ ਕਿੰਨੇ ਤਾਂ ਵੀਰ ਆਉਂਦੇ ਨੇ ਮਿਲਣ ਉੱਥੋਂ ਯਾਰ ਆਪਾਂ ਨੂੰ, ਹੈ ਨਾ? ਰਿਸ਼ਤੇਦਾਰ ਕਿੰਨੇ ਆਉਂਦੇ ਨੇ ਉੱਧਰ। ਸਮਾਣੇ ਤੋਂ ਇੱਕ ਗੁੜੀਆ ਦਾ ਫੋਨ ਆਇਆ ਸੀ ਤੁਹਾਡੀ ਰਿਸ਼ਤੇਦਾਰੀ 'ਚੋਂ, ਮੈਂ ਨਾ ਜੀ ਸੋਨੀ ਦੀ ਵੀਡੀਓ ਲਾ ਰਿਹਾ ਜੀ ਨਾਲ, ਜਦੋਂ ਸੋਨੀ ਵੀਰ ਠੀਕ ਹੁੰਦਾ ਸੀ ਉਦੋਂ ਵੀਰ ਇਹ ਵਿਆਹ ਦੇ ਵਿੱਚ ਕਿਸੇ ਰਿਸ਼ਤੇਦਾਰ ਦੇ ਵਿਆਹ ਗਿਆ ਜੀ, ਉੱਥੇ ਵੀਰ ਵਿਆਹ ਦੇ ਵਿੱਚ ਨੱਚ ਰਿਹਾ ਸੀਗਾ ਜੀ, ਔਰ ਉੱਥੇ ਉਹ ਸ਼ਰਾਰਤਾਂ ਜਿਹੜਾ ਉਹ ਇਨਸਾਨ ਕਰਦਾ ਉਹ ਅਸੀਂ ਵੀਡੀਓ ਦੇ ਨਾਲ ਅਟੈਚ ਕਰ ਰਹੇ ਹਾਂ ਜੀ। ਸ਼ਹਿਰੀਮਾਨ ਆਇਆ ਵਾ ਜੀ ਇਹਦੇ 'ਚ ਜਦੋਂ ਆਉਂਦਾ ਸ਼ਹਿਰੀਮਾਨ। ਅੱਛਾ ਸੋਨੀ, ਮੈਂ ਇੱਕ ਤੇਰੀ ਵਿਆਹ ਦੀ ਵੀਡੀਓ ਦੇਖੀ ਸੀ, ਦੇਖਾਂ ਜੀ ਕੰਟੀਨੀ ਪਾ ਕੇ ਵਾਦ ਪੀਂਦੇ ਸੀ ਚਾਹ, ਸ਼ਹਿਰੀਮਾਨ ਦੇ ਬੋਲ ਨੇ ਗਾਣੇ ਦੇ ਵਿੱਚ, ਬੈਠ ਕੰਟੀਨੀ ਪਾ ਕੇ ਵੱਧ ਚੀਨੀ ਪੀਂਦੇ ਸੀ ਚਾਹ। ਅਸੀਂ ਨਾ ਜੀ ਆਹ ਵੀਡੀਓ ਨਾਲ ਲਾ ਰਹੇ ਹਾਂ, ਮੈਂ ਸੋਨੀ ਨੂੰ ਦਿਖਾ ਰਿਹਾ ਜੀ ਵੀਡੀਓ। ਸੋਨੀ ਯਾਦ ਕਰ ਵੀਰੇ ਕਿਹਦਾ ਵਿਆਹ ਹੈ, ਤੂੰ ਦੇਖੀ ਹੁਣ ਉਰੇ ਉਹ ਆ ਗਿਆ ਪਿੱਛੇ, ਦੇਖ ਨਾਲ ਨਾਲ ਬੋਲੀ ਚੱਲ। ਭੁਪਿੰਦਰ ਸਿੰਘ, ਸਿੰਦਰ ਕੌਰ। ਕਿੱਥੇ ਆ ਤੂੰ? ਹੈਂ ਜੀ, ਤੂੰ ਕਿੱਥੇ ਖੜਾ ਵੀਰੇ? ਆ ਖੜਾ ਜੀ ਪੱਗ ਬੰਨ ਕੇ। ਨਾ ਨਾ ਪੱਗ ਬੰਨ ਕੇ ਨਹੀਂ ਹੈਗਾ, ਤੇਰੇ ਤਾਂ ਵਾਲ ਕੱਟੇ ਹੋਏ ਨੇ ਵੀਰੇ, ਆ ਦੇਖ ਪਿੱਛੇ। ਡੈਡੀ ਵੀ ਨਾਲ ਹੈ? ਹਾਂ, ਉਹਦੇ ਵਾਲ ਕੱਟੇ ਹੋਏ ਤੇਰੇ, ਆ ਦੇਖ। ਹਾਂ ਜੀ, ਪੱਗ ਵਾਲਾ ਤਾਂ ਡੈਡੀ ਹੈ ਤੇਰਾ ਵੀਰੇ। ਅੱਛਾ, ਮੈਂ ਉਦੋਂ ਨਵਾਂ ਨਵਾਂ ਆਇਆ ਸੀ। ਆ ਦੇਖ ਹੁਣ ਤੂੰ ਪੈਸੇ ਜੇ ਚੱਕ ਰਿਹਾ ਨਾ ਵਿੱਚੋਂ, ਪੈਸੇ ਖਿਲਾ ਰਿਹਾ ਹੋਵੇਗਾ। ਉਹ ਚੱਕ ਕੇ ਤੈਨੇ ਉੱਧਰ ਗੁੜੀਆ ਵਾਲੇ ਪਾਸੇ ਰੱਖਤੇ ਪੈਸੇ। ਕਿਹੜੇ ਪਿੰਡ ਦੀ ਗੱਲ ਆ ਜੀ? ਇਹ ਤਾਂ ਹੁਣ ਤੂੰ ਦੱਸ ਵੀਰੇ। ਇਹ ਆ ਜੀ, ਇੱਧਰ ਨੂੰ ਆਪਾਂ ਗਏ ਸੀ ਲੁਧਿਆਣੇ ਵੱਲ। ਅੱਛਾ, ਲੁਧਿਆਣੇ ਦੀ ਗੱਲ ਆ ਇਹ। ਠੀਕ ਆ, ਦੇਖ ਲਾਣਦਾਰ ਦੇ ਨਾਭੀ ਪੱਗ ਬੰਨੀ ਵੀ ਆ। ਇਹ ਮਾਤਾ ਮਾਤਾ ਨੇ ਨਾ, ਬੇਬੇ ਆ ਨਾ? ਹਾਂ, ਕੋਈ ਨਹੀਂ ਪਤਾ। ਅੱਛਾ, ਉਹ ਦੇਖ ਸੋਨੀ ਨੱਚਣ ਲੱਗ ਗਿਆ, ਦੇਖ ਲਾ ਸੋਨੀ। ਹਾਂ ਜੀ, ਸੋਨੀ ਆਇਆ ਕੁਝ ਯਾਦ? ਆਹ ਪੀਲੀ ਪੱਗ ਵਾਲਾ ਮੁੰਡਾ ਕੌਣ ਆ? ਇਹ ਆ ਸਤਵੰਤ ਸਿੰਘ। ਅੱਛਾ, ਬਲਵੰਤ ਸਿੰਘ। ਇਹ ਕਿਹੜੇ ਪਿੰਡ ਦਾ? ਇਹਨਾਂ ਨੇ ਦੰਗੇ ਕਰਾਏ ਸੀ ਦਿੱਲੀ 'ਚ। ਨਹੀਂ, ਦੰਗੇ ਨਹੀਂ ਕਰਾਏ ਸੀ ਵੀਰੇ, ਇਹ ਗਲਤ ਇਨਫੋਰਮੇਸ਼ਨ ਆ ਤੇਰੀ। ਹਾਂ, ਨੋ ਬਿਲਕੁਲ ਨਹੀਂ ਕਰਾਏ ਸੀ ਵੀਰੇ, ਜ਼ੁਲਮ ਹੋਇਆ ਸੀ ਦਿੱਲੀ 'ਚ ਸਿੱਖਾਂ ਦੇ ਉੱਪਰ। ਹਾਂ, ਜ਼ੁਲਮ ਹੋਇਆ ਸੀ ਸਿੱਖਾਂ ਦੇ ਉੱਪਰ ਪੁੱਤਰੀ, ਉੱਥੇ ਤਾਂ ਜ਼ੁਲਮ ਹੋਇਆ ਸੀ ਆਪਣੇ 'ਤੇ। ਹਾਂ ਜੀ। ਅੱਛਾ, ਅਤੇ ਸੋਨੀ ਇਹ ਲੱਗਦਾ ਮੇਰੀ ਫੋਟੋ ਨਹੀਂ ਹੈਗੀ ਜੀ। ਹਾਂ, ਤੁਸੀਂ ਨੱਚ ਰਹੇ ਹੋ, ਦੇਖੋ ਯਾਰ ਤੁਸੀਂ ਨੱਚ ਰਹੇ ਹੋ ਸੋਨੀ ਵੀਰੇ। ਹਾਂ ਦੇਖੋ ਤੁਸੀਂ ਨੱਚ ਰਹੇ ਹੋ, ਦੇਖ ਮੂਹਰੇ ਲਾਣਦਾਰ ਖੜਾ ਆਪਣਾ। ਠੀਕ ਹੈ ਜੀ, ਅਤੇ ਕੁੜੀ ਕੌਣ ਹੈ ਜੀ? ਇਹ ਤਾਂ ਜਿਹਦੇ ਤੁਸੀਂ ਵਿਆਹ ਗਏ ਸੀ ਨਾ, ਮੈਨੂੰ ਨਹੀਂ ਪਤਾ ਕੌਣ ਨੇ ਇਹ। ਜੇ ਵਿਆਹ ਸੀ, ਆ ਦੇਖੋ ਤੁਸੀਂ ਆਪਣੀ ਮਾਤਾ ਦੇ ਕੋਲ ਖੜੇ ਹੋ ਇਸ ਟਾਈਮ, ਫੋਟੋ ਕਰਾ ਰਹੇ ਹੋ ਮਾਤਾ ਦੇ ਨਾਲ। ਨਹੀਂ, ਮੈਂ ਤਾਂ ਨਹੀਂ ਕਰਾ ਰਿਹਾ ਜੀ। ਹੋਰ ਕੌਣ ਆ ਸੋਨੀ ਵੀਰੇ? ਸੋਨੀ, ਮੈਂ ਕਹਿੰਦਾ ਯਾਰ ਤੁਸੀਂ ਖੜੇ ਨਹੀਂ ਰਹੇ ਯਾਰ, ਨੱਚੀ ਹੋ ਜਾਂਦੇ ਹੋ ਵੀਰੇ। ਹੈ ਸੋਨੀ? ਹੈ ਜੀ, ਨੱਚੀ ਹੋ ਜਾ ਰਿਹਾ ਸੋਨੀ ਤਾਂ। ਇਹਨਾਂ ਨੇ ਚੌਲ ਵੀ ਕੀ ਪਤਾ ਖਾਧੇ ਨੇ ਕਿ ਨਹੀਂ। ਨਹੀਂ, ਚੌਲ ਖਾਧੇ ਨਹੀਂ ਹੋਣੇ ਇਹਨਾਂ ਨੇ, ਵਿਆਹ ਵਾਲੇ ਦਿਨ ਤਾਂ ਮੁੰਡਾ ਅਤੇ ਕੁੜੀ ਭੁੱਖ ਹੀ ਰਹਿ ਜਾਂਦੇ ਹੁੰਦੇ ਨੇ। ਹਾਂ ਜੀ, ਹੈ ਨਾ, ਖੁਸ਼ੀ 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 'ਚ, ਹੈ ਨਾ ਸੋਨੀ? ਹਾਂ, ਕੋਈ ਨਹੀਂ, ਵਾਹ ਜੀ ਵਾਹ। ਸੋਨਾ ਚੁੱਕਾਂ ਦੀ ਮਾਫੀ ਹੈ, ਭੁੱਲ ਚੁੱਕੀ ਹੁੰਦੀ ਦੁਨੀਆ, ਕੀ ਪਤਾ ਕਿਹਦੇ ਤੋਂ ਭੁੱਲ ਹੋ ਜੇ, ਕੀ ਹੋ ਜੇ। ਹਾਂ ਜੀ,
ਸੋਨੀ ਤੂੰ ਇੰਨਾ ਪਿਆਰਾ ਇਨਸਾਨ ਆ, ਤੈਨੂੰ ਪਤਾ ਕਿੰਨੀ ਸੰਗਤ ਤੈਨੂੰ ਪਿਆਰ ਕਰਦੀ ਆ ਵੀਰੇ। ਆਪਾਂ ਹੁਣ ਕਈ ਦਿਨ ਹੋ ਗਏ ਤੁਹਾਡੀ ਵੀਡੀਓ ਹੀ ਨਹੀਂ ਪਾਈ ਵੀਰੇ, ਉਹ ਭੈਣ ਭਰਾ ਫਿਰ ਫੋਨ ਕਰੀ ਜਾਂਦੇ ਨੇ ਵੀ ਪਾਓ ਭਾਈ ਸੋਨੀ ਦੀ ਵੀਡੀਓ ਪਾਓ ਫਟਾਫਟ। ਹੈਂ, ਕੋਈ ਪਿੰਡ ਨਹੀਂ ਮਾੜਾ, ਕੋਈ ਸ਼ਹਿਰ ਨਹੀਂ ਮਾੜਾ, ਕੋਈ ਦੇਸ਼ ਨਹੀਂ ਮਾੜਾ। ਚਲੋ ਕੋਈ ਨਾ ਸੋਨੀ ਵੀਰੇ, ਚਲੋ ਸੋਨੀ ਠੀਕ ਆ ਜੀ, ਪਹਿਲੇ ਨਾਲੋਂ ਗੁਰੂ ਸਾਹਿਬ ਕਿਰਪਾ ਕਰਨਗੇ, ਠੀਕ ਹੋ ਜੇ ਫਿਰ ਆਪਾਂ ਘਰੇ ਭੇਜਾਂਗੇ ਜੀ ਸੋਨੀ ਵੀਰ ਨੂੰ। ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ। ਇੱਦਾਂ ਹੀ ਨਾ ਜੀ ਪਿੱਛੇ ਇੱਧਰ ਮੈਂ ਕਹੂੰਗਾ ਕੈਮਰਾ ਮਾਰਿਓ, ਕੋਈ ਕਿੱਦਾਂ ਪਰਨਾ ਤਾਰੀ ਪਿਆ, ਕੋਈ ਕਿੱਦਾਂ, ਕਿਉਂਕਿ ਬੰਦਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਜੀ, ਹੱਦ ਤੋਂ ਵੱਧ ਜਿਹੜੀ ਮਤਲਬ ਬੰਦੇ ਨੇ ਜੀ ਵੀਰ ਸਾਡੀਆਂ, ਇਹ ਰੱਬੀ ਰੂਹਾਂ ਨੇ ਜੀ ਇਹ ਹੱਦ ਤੋਂ ਵੱਧ। ਗੁਰੂ ਮਹਾਰਾਜ ਕਿਰਪਾ ਕਰਨ ਜੀ, ਸਾਰੇ ਤੰਦਰੁਸਤ ਹੋਣ, ਠੀਕ ਹੋ ਕੇ ਆਪਣੇ ਘਰੇ ਜਾਣ ਜੀ। ਔਰ ਬਾਬਾ ਜੀ ਤੁਸੀਂ ਇੰਨਾ ਭਾਰ ਨਾ ਚੜਾਓ ਮਹਾਰਾਜ ਮੇਰੇ 'ਤੇ ਨਾ ਚੜਾਓ। ਤੁਸੀਂ ਬਠਿੰਡਾ ਜੇਲ੍ਹ 'ਚ ਬੜੇ ਕੈਦੀਆਂ ਨੂੰ ਤਾਂ ਉੱਥੇ ਲੈ ਕੇ ਗਏ ਹੋ ਨਾ ਮੁਲਾਕਾਤਾਂ 'ਤੇ, ਉਹਦੇ 'ਤੇ ਆਪਣਾ ਉੱਥੇ ਕੀ ਹੁੰਦੀ ਆ ਉਹ ਗਾਰਦ ਲੱਗ ਜਾਂਦੀ ਹੁੰਦੀ ਆ, ਉਹ ਕੋਰਟ ਦੇ ਵਿੱਚ ਤਰੀਕ ਪਾਉਣ ਲੈ ਕੇ ਗਿਓ। ਹਾਂ, ਤੁਸੀਂ ਕਿਹੜੇ ਸਨ 'ਚ ਨੌਕਰੀ ਕਰਦੇ ਸੀ ਜੀ ਬਠਿੰਡੇ? ਸਨ ਤਾਂ ਹੋ ਗਏ ਮੈਨੂੰ 10 ਸਾਲ ਹੋ ਗਏ ਮੈਨੂੰ। 10 ਸਾਲ ਹੋ ਗਏ? ਹਾਂ, ਨਹੀਂ ਵੀ ਹਟੇ ਨੂੰ। ਅੱਛਾ, ਜਦੋਂ ਤੁਸੀਂ ਉੱਥੇ ਉਦੋਂ ਵੀ ਡਿਊਟੀ ਨਹੀਂ ਕੀਤੀ ਮੈਂ। ਨਹੀਂ ਉਹ ਠੀਕ ਹੈ, ਜਦੋਂ ਤੁਸੀਂ ਡਿਊਟੀ ਕਰਦੇ ਸੀ ਜੀ ਉਦੋਂ ਤੁਹਾਡਾ ਉੱਥੇ ਕੰਮ ਕੀ ਸੀਗਾ ਜੀ? ਜੇਲ੍ਹ ਦੇ ਵਿੱਚ ਤੁਸੀਂ ਜੇਲ੍ਹ 'ਚ ਕਰਦੇ ਸੀ ਨਾ ਬਠਿੰਡੇ? ਜੇਲ੍ਹ ਤੋਂ ਗਾਰਦ ਲੱਗੀ ਸੀ ਉਦੋਂ, ਉਦੋਂ ਡਿਊਟੀ ਹੋ ਗਈ ਸੀ ਉੱਧਰ। ਅੱਛਾ, ਤੁਸੀਂ ਮਤਲਬ ਗਾਰਦ ਬਦਲ ਗਈ ਸੀ ਫਿਰ ਥਾਣੇ 'ਚ? ਕੈਦੀਆਂ ਨੂੰ ਲੈ ਕੇ ਜਾਂਦੇ ਹੁੰਦੇ ਤੇ? ਹਾਂ ਹਾਂ, ਥਾਣੇ 'ਚ ਉਹ। ਹਾਂ, ਥਾਣੇ ਕੈਦੀਆਂ ਨੂੰ ਥਾਣੇ 'ਚ, ਥਾਣੇ 'ਚੋਂ ਲੈ ਕੇ ਜਾਂਦੇ ਹੁੰਦੇ ਸੀਗੇ, ਥਾਣੇ 'ਚੋਂ ਉੱਥੇ ਛੱਡੇ ਹੁੰਦੇ, ਛੱਡੇ ਹੁੰਦੇ ਸੀ। ਹਾਂ ਠੀਕ ਹੈ ਜੀ, ਇਹ ਬਠਿੰਡਾ ਜੇਲ੍ਹ ਦੇ ਵਿੱਚ ਤੁਸੀਂ ਹੋਈ ਹੁੰਦੀ? ਹਾਂ, ਜਿਹੜੀ ਜੇਲ੍ਹ ਹੋਈ ਹੁੰਦੀ ਆ ਉਹਨੂੰ। ਹਾਂ ਜੀ, ਉਹਨੂੰ। ਹਾਂ ਠੀਕ ਹੈ ਜੀ, ਚੰਗੀ ਗੱਲ ਹੈ ਤੁਹਾਡੀ, ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਵਾਹਿਗੁਰੂ। ਨੰਬਰ ਤਾਂ ਦਵਾ ਦਊਗਾ ਜੀ? ਹੈ ਜੀ, ਨੰਬਰ ਤਾਂ ਦਵਾ ਦਊਗਾ ਪੰਜਾਬ ਪੁਲਿਸ ਦਾ ਨੰਬਰ ਜੀ? ਨੰਬਰ ਤੁਹਾਡਾ ਆਇਆ ਖੜਾ ਜੀ, ਆਪਾਂ ਵਰਦੀ ਤੁਹਾਨੂੰ ਮੈਂ ਦਿਖਾਈ ਤੀ ਨਾ, ਬੈਲਟ ਨੰਬਰ ਦਵਾ ਦਊਗਾ? ਬੈਲਟ ਨੰਬਰ ਆਇਆ ਖੜਾ ਜੀ ਆਪਣਾ, ਤਾਂ ਆਪਾਂ ਦਾ ਨੰਬਰ ਵਰਦੀ ਵੀ ਪਈ ਆਪਣੇ ਕੋਲ, ਪੰਜਾਬ ਪੁਲਿਸ ਦਾ ਹੀ ਆ ਜੀ। ਹੋ ਗਿਆ ਜੀ ਫਤਿਹ, ਹੋ ਗਿਆ ਜੀ ਫਤਿਹ, ਹੈ ਜੀ, ਹੋ ਗਿਆ, ਹੋ ਗਿਆ, ਹੋ ਗਿਆ, ਫਤਿਹ ਹੋ ਗਿਆ ਜੀ। ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਉਹ ਮਹਾਰਾਜ ਜੀ। ਔਰ ਸੰਗਤ ਜੀ, ਅਸੀਂ ਨਾ ਥੋੜ੍ਹਾ ਜਿਹਾ ਨਾ ਜਿਵੇਂ ਵੀਰ ਨੂੰ ਦਿਲਾਸਾ ਦਿੱਤਾ ਜੀ, ਇਹ ਡਾਕਟਰ ਵੀ ਕਹਿੰਦੇ ਨੇ ਵੀ ਤੁਸੀਂ ਪੋਜ਼ਿਟਿਵਿਟੀ ਰੱਖਣੀ ਆ, ਜਿਵੇਂ ਮੰਨ ਲਓ ਕਿਸੇ ਨੇ ਗਲਤ ਕੰਮ ਵੀ ਕਰਤਾ ਤਾਂ ਤੁਸੀਂ ਉਹਨੂੰ ਐਪਰੀਸ਼ੀਏਟ ਕਰ ਦੇਣਾ ਵੀ ਵੈਰੀ ਗੁੱਡ ਬਾਈ, ਤੈਨੇ ਬਹੁਤ ਵਧੀਆ ਕੰਮ, ਉਹ ਨਾ ਮੇਰੇ ਭਾਈ, ਨਾ ਮੇਰੇ ਭਾਈ। ਇਹ ਥੋੜ੍ਹਾ ਜਿਹਾ ਨਾ ਜੀ ਗੇਮ ਨੇ ਬਿਮਾਰ ਕੀਤੇ, ਜਿਹੜਾ ਸਾਡਾ ਯੁੱਗ ਆ ਨਾ ਟੈਕਨੋਲੋਜੀ ਦਾ, ਇਹ ਦੇਖਿਓ ਤੁਸੀਂ, ਤੁਹਾਨੂੰ ਕੁਛ ਗੱਲਾਂ ਆਪੇ ਸ਼ੋਅ ਹੋਣਗੀਆਂ ਜੀ। ਤੁਹਾਡਾ ਕੀ ਨਾਮ ਆ ਜੀ? ਲਾਸਟ ਨੇਮ ਬਲਜੀਤ ਸਿੰਘ ਸੀ। ਦੇਖੋ ਇਹਨਾਂ ਨੇ ਕੀ ਬੋਲਿਆ, ਲਾਸਟ ਨੇਮ ਬਲਜੀਤ ਸਿੰਘ ਆ। ਜਦੋਂ ਆਪਾਂ ਗੇਮ ਖੇਡਦੇ ਹਾਂ ਜਾਂ ਕੋਈ ਕੰਪਿਊਟਰ ਨੂੰ ਚਲਾਉਂਦੇ, ਉਹ 'ਚ ਲਾਸਟ ਨੇਮ ਫਸਟ ਨੇਮ ਉਹ ਚੀਜ਼ਾਂ ਪੁੱਛਦੇ ਨੇ, ਉਹ ਚੀਜ਼ਾਂ ਅਸਰ ਕਰ ਚੁੱਕੀਆਂ ਨੇ ਜੀ। ਅੱਛਾ, ਤੁਹਾਡੇ ਪਿਤਾ ਜੀ ਦਾ ਕੀ ਨਾਮ ਆ ਜੀ? ਜੁਗਿੰਦਰ ਸਿੰਘ। ਮਾਤਾ ਜੀ ਦਾ? ਕਮਲਜੀਤ ਕੌਰ, ਉਸ ਦਿਨ ਲਿਖਾਇਆ ਸੀਗਾ। ਅੱਛਾ। ਦਾਦੇ ਦਾ ਨਾਮ ਗੁਰਦਿਆਲ ਸਿੰਘ। ਪੂਰੀ ਹਿਸਟਰੀ ਮੇਰੇ ਫਾਦਰ ਨਾਮ ਚੱਲਣੀ ਸੀ, ਉਹ ਮਿਸਟੇਕ ਹੋ ਗਈ। ਓਕੇ, ਮੈਂ ਤੁਸੀਂ ਕਹਿੰਦਾ ਨਹੀਂ ਨਹੀਂ, ਮੈਂ ਦੇਖ ਲਿਆ ਪਰਖ ਲਿਆ ਕੀ ਚੀਜ਼ ਤੁਸੀਂ ਪਿਤਾ ਜੀ ਗੱਦੀ 'ਤੇ ਬੈਠੇ। ਓਕੇ, ਉਹ ਤੁਸੀਂ ਹੋ ਹੁਣ। ਓਕੇ, ਜੋ ਤੁਹਾਨੂੰ ਚਾਹੀਦਾ ਦੁਨੀਆ ਸਭ ਲੈ ਲਓ ਤੁਹਾਡਾ। ਤੁਸੀਂ ਚੰਗੇ ਇਨਸਾਨ ਹੋ ਬਹੁਤ। ਫਤਿਹਗੜ੍ਹ ਸਾਹਿਬ ਤੋਂ ਲੈ ਕੇ ਹਾਲੇ ਤਾਂ ਜੀ 15 ਦਿਨ ਹੋਣੇ ਆ, ਦਵਾਈ ਚੱਲ ਰਹੀ ਆ ਜੀ। ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਜੀ। ਮੁਖਤਿਆਰ ਸਿੰਘ ਜੀ ਬੈਠੇ ਨੇ, ਇਹ ਵੀ ਵੀਰ ਦੇ ਬੜੇ ਬੁਰੇ ਹਾਲਾਤ ਸੀਗੇ ਜੀ। ਇੱਦਾਂ ਜੀ ਸਾਰਿਆਂ ਦੀ ਕੋਈ ਨਾ ਕੋਈ ਜ਼ਿੰਦਗੀ ਆ ਜੀ, ਗੁਰੂ ਮਹਾਰਾਜ ਜੀ ਦੀ ਕਿਰਪਾ। ਬਾਈ ਜੀ ਕੀ ਹਾਲ ਨੇ ਜੀ ਤੁਹਾਡੇ? ਠੀਕ ਹੋ? ਕੀ ਨਾਮ ਆ ਤੁਹਾਡਾ? ਮਨੀਸ਼। ਮਨੀਸ਼ ਬਾਜੀ, ਮੈਂ ਮਨੀਸ਼ ਜੀ ਨੇ ਜੀ, ਕਿੱਥੋਂ ਦੇ ਰਹਿਣ ਵਾਲੇ ਦੱਸੋ ਜੀ ਤੁਸੀਂ? ਦਾਂਡੂ। ਇਹ ਕਿੱਥੇ ਪੈਂਦਾ ਜੀ? ਇਹ ਪਾਉਂਦਾ ਮਹਿਰਾ ਉਨੇ ਦੇ ਕੋਲੇ ਜੀ, ਪੰਜਾਬੀ ਬੋਲਦੇ ਨੇ ਪਰ ਉਨੇ ਦੇ ਨਾਲ ਇਹਨਾਂ ਦਾ ਕਿਤੇ ਘਰ ਆ ਜੀ, ਪਰ ਪਰਿਵਾਰ ਨਹੀਂ ਹਜੇ ਮਿਲਿਆ। ਜਦੋਂ ਸਾਨੂੰ ਮਿਲੇ ਸੀ ਸਾਰਾ ਫੇਸ ਨਾ ਜੀ ਐਕਸੀਡੈਂਟ ਦੇ ਨਾਲ
ਖੂਨੋ ਖੂਨ ਹੋਇਆ ਵਾ ਸੀਗਾ ਜੀ। ਚਲੋ ਕਰ ਲਓ ਕੰਮ, ਕੀ ਕਰਦੇ ਹੋ ਤੁਸੀਂ, ਕਰ ਲਓ ਕਰ ਲਓ। ਠੀਕ ਹੈ ਸੰਗਤ ਜੀ, ਬਾਕੀ ਅਸੀਂ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਵਿੱਚੋਂ ਇਸ ਟਾਈਮ ਵੀਡੀਓ ਸਾਂਝੀ ਕੀਤੀ ਹੈ ਜੀ। ਇੱਥੇ ਤੁਹਾਡੇ ਸਾਥ ਦੀ ਬਹੁਤ ਲੋੜ ਆ। ਬਿਲਡਿੰਗ ਮਟੀਰੀਅਲ, ਦਵਾਈਆਂ, ਇੱਟਾਂ, ਰੇਤਾ, ਬਜਰੀ, ਇਹ ਬਹੁਤ ਐਸੀਆਂ ਚੀਜ਼ਾਂ ਨੇ ਜੀ। ਜ਼ਰੂਰ ਸਾਰੇ ਭੈਣ ਭਰਾ ਸਪੋਰਟ ਕਰੋ ਇਸ ਘਰ ਦੀ ਚੀਜ਼ਾਂ ਦੇ ਰੂਪ 'ਚ। ਤੁਸੀਂ ਦਵਾਈਆਂ ਦੇ ਸਿੱਧੇ ਬਿੱਲ ਭਰ ਦਿਓ ਜੀ, ਬਿਜਲੀ ਦਾ ਸਿੱਧਾ ਬਿੱਲ ਭਰੋ ਜੀ, ਜਾਂ ਉਰੇ ਕੋਈ ਵੀ ਬਿੱਲ ਆ, ਚਾਹੇ ਉਹ ਮਿਸਤਰੀਆਂ ਦੇ, ਚਾਹੇ ਉਹ ਚੁਗਾਠਾਂ ਦੇ, ਚਾਹੇ ਉਹ ਸਰੀਏ ਦੇ, ਕੋਈ ਵੀ ਬਿੱਲ ਨਹੀਂ, ਆਪ ਜੀ ਸਿੱਧਾ ਪੇ ਕਰ ਸਕਦੇ ਹੋ। ਠੀਕ ਹੈ, ਇੱਥੇ ਥੋੜ੍ਹੀ ਮਾਇਆ ਦੀ ਲੋੜ ਪੈਂਦੀ ਹੈ। ਅਸੀਂ ਜ਼ਰੂਰ ਸੰਗਤ ਤੋਂ 10% ਮਾਇਆ ਕੰਟਰੀ ਕਰਦੇ ਹਾਂ, ਪਰ 90% ਅਸੀਂ ਤੁਹਾਡੇ ਤੋਂ ਚੀਜ਼ਾਂ ਲੈਣੀਆਂ ਨੇ ਜੀ। ਤੁਸੀਂ ਸਾਡੀ ਇੰਨੀ ਸਪੋਰਟ ਕੀਤੀ, ਜਿੱਥੇ ਅਸੀਂ ਇਸ ਟਾਈਮ ਖੜ੍ਹੇ ਹਾਂ ਇੱਥੇ ਇੱਕੋ ਕਮਰਾ ਸੀਗਾ, ਅੱਜ ਬਹੁਤ ਵੱਡੀ ਬਿਲਡਿੰਗ ਬਣ ਰਹੀ ਹੈ ਜੀ ਇਹਨਾਂ ਰੂਹਾਂ ਲਈ। ਤੁਹਾਡਾ ਤਹਿ ਦਿਲੋਂ ਧੰਨਵਾਦ। ਤੁਸੀਂ ਅੱਗੇ ਵੀ ਸਪੋਰਟ ਕਰੋ ਤਾਂ ਜੋ ਆਪਾਂ ਇਸ ਬਿਲਡਿੰਗ ਨੂੰ ਵੱਡਾ ਬਣਾ ਕੇ, ਉਰੇ ਲਿਫਟ ਲੱਗਣੀਆਂ, ਵੱਡਾ ਰੈਂਪ ਬਣਨਾ, ਅੱਗੇ ਪਰਲੇ ਪਾਸੇ ਵੀ ਬਿਲਡਿੰਗ, ਮਤਲਬ ਬਹੁਤ ਕੁਛ ਹੈ ਜੀ। ਹਜੇ ਸਾਨੂੰ ਇਹ ਲੱਗਦਾ ਜੀ ਵੀ ਉਰੇ 1000-2000 ਬੰਦਾ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਦਾ ਜੀ। ਔਰ ਕਿੰਨੇ ਵੀ ਰਹਿਣਗੇ ਠੀਕ ਹੋਣ ਲਈ, ਕਿੰਨੇ ਠੀਕ ਹੋ ਕੇ ਜਾਣਗੇ ਇਹ ਉਸ ਅਕਾਲ ਪੁਰਖ ਵਾਹਿਗੁਰੂ ਨੇ ਪਤਾ। ਪਰ ਧੰਨਵਾਦ ਤੁਹਾਡਾ ਸਾਰੇ ਭੈਣ ਭਰਾਵਾਂ ਦਾ, ਜਿੱਥੋਂ ਜਿੱਥੋਂ ਵੀ ਤੁਸੀਂ ਦੇਖਦੇ ਹੋ ਨੌਜਵਾਨ ਭੈਣ ਭਰਾ, ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਸੋਨੀ ਫੇਰ ਆ ਗਿਆ ਜੀ। ਹਾਂਜੀ ਸੋਨੀ ਵੀਰੇ, ਕੀ ਕਹਿਣਾ ਚਾਹੁੰਦੇ ਹੋ? ਮੈਂ ਗਲਾਸ ਰੱਖ ਕੇ ਆਉਣ ਲੱਗਾ ਜੀ। ਅੱਛਾ, ਫਿਰ ਬਹਿ ਕਾਹਤੋਂ ਗਿਆ ਵੀਰੇ? ਮੈਂ ਚੱਲ ਬਹਿ ਜਾਂਦੇ ਹਾਂ, ਮੈਂ 2 ਮਿੰਟ ਥੱਕ ਗਿਆ ਹੋਵੇਗਾ, ਦੂਰੋਂ ਆਇਆ ਨਾ ਸਫ਼ਰ 'ਚੋਂ। ਅੱਛਾ ਜੀ, ਚੱਲ ਇਹ ਵੀ ਗੱਲ ਠੀਕ ਹੈ ਜੀ, ਤੂੰ ਬਾਬਾ ਜੀ ਨੇ ਜਿਹੜੀ ਗੱਲ ਕਹਿਤੀ ਠੀਕ ਹੈ ਜੀ। ਵੈਰੀ ਗੁੱਡ, ਫਿਰ ਮੇਰੀ ਇਹ ਵੀ ਮੰਨਿਆ ਕਰ ਸਾਰੀ ਗੱਲ, ਤੂੰ ਤਾਂ ਮੰਨਦਾ ਨਹੀਂ ਵੀਰੇ। ਗੱਲ ਇਹ ਆ ਜੀ ਵੀ ਇਹ ਗਲਾਸਾਂ ਦੇ ਨਾਲ ਹੀ ਹੈ ਸਾਰਾ ਕੁਝ। ਚਲੋ ਠੀਕ ਹੈ, ਸਾਰਾ ਦੁਨੀਆ ਵੀ ਇਹ ਗਲਾਸਾਂ ਦੇ ਨਾਲ ਹੀ ਹੈ। ਇੱਧਰ ਬਾਪੂ ਜੀ ਸਾਡੇ ਬੈਠੇ ਨੇ, ਸਤਿਕਾਰਯੋਗ ਸਰਜੀਤ ਸਿੰਘ ਜੀ, ਅਤੇ ਇਹ ਵੀ ਬਹੁਤ ਬੁਰੇ ਹਾਲਾਤ ਸੀ ਇਹਨਾਂ ਦੇ ਨਾ ਜੀ, ਪੂਰੀ ਲੱਤ ਦੇ ਸਰਜਰੀ ਹੋਈ ਵੀ ਆ ਜੀ ਕਿਸੇ ਟਾਈਮ। ਇਹਨਾਂ ਦੇ ਪੂਰੇ ਨਾ ਜੀ ਕੀੜੇ ਪੈ ਗਏ ਸੀਗੇ ਜੀ, ਪੂਰੀ ਲੱਤ ਦੇ ਜ਼ਖਮ ਸੀ ਬਹੁਤ ਵੱਡਾ। ਹੁਣ ਪਿਛਲੇ 2 ਸਾਲ ਤੋਂ ਦੌਰਾ ਵੀ ਬੰਦ ਹੋ ਗਿਆ। ਪਹਿਲਾਂ ਜਦੋਂ ਦੌਰਾ ਪੈਂਦਾ ਸੀ ਡਿੱਗ ਜਾਣਾ ਅਤੇ ਮੂੰਹ 'ਤੇ ਸੱਟ ਲੱਗਣੀ, ਤਾਂ ਜਿਵੇਂ ਮੱਥੇ 'ਚ ਲੱਗਣੀ ਕਿਤੇ ਗੱਲਾਂ 'ਤੇ, ਇਹੋ ਜਿਹੇ ਹਾਲਾਤਾਂ 'ਚ ਦੌਰਾ ਪੈਂਦਾ ਸੀ ਜੀ ਵੀ ਬਹੁਤ ਬਹੁਤ ਸਾਨੂੰ ਇਹ ਲੱਗਦਾ ਸੀ ਵੀ ਕੁਛ ਹੋ ਗਿਆ। ਪਰ ਅੱਜ ਹੁਣ ਇਹੋ ਜਿਹੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਈ ਦਵਾਈ ਦੇ ਨਾਲ ਔਰ ਤੁਹਾਡੀਆਂ ਦਵਾਵਾਂ ਨਾਲ। 2 ਸਾਲ ਹੋ ਗਏ ਬਾਪੂ ਜੀ ਹੁਣ ਦੌਰਾ ਪੈ ਨੂੰ, ਕਿੰਨੇ ਸਾਲ ਹੋ ਗਏ? 2.5 ਸਾਲ ਹੋ ਗਏ। ਠੀਕ ਹੈ ਵਾਹਿਗੁਰੂ ਬਾਪੂ ਜੀ। ਪਹਿਲਾਂ ਵਾਲੇ ਜਿਹੜੇ ਤੁਹਾਡੇ ਉਹ ਨੇ ਨਾ, ਮਤਲਬ ਮੇਰੇ ਕੋਲ ਵੀਡੀਓ ਪਈਆਂ ਨੇ ਅਤੇ ਮਤਲਬ ਸਾਨੂੰ ਇਹ ਡਰ ਜਾਂਦੇ ਦੇ ਸੀ ਵੀ ਤੁਹਾਨੂੰ ਦੇਖ ਕੇ ਦਿਖਾਈਆਂ ਸੀ ਮੈਨੂੰ। ਚਲੋ ਬਾਕੀ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਜੀ, ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਜੀ। ਇੱਦਾਂ ਹੀ ਇੱਧਰ ਆਪਣਾ ਘਰ ਵੀ, ਚਲੋ ਹੁਣ ਆਪਾਂ ਦਿਨ ਦੇ ਵਿੱਚ ਦਿਖਾਵਾਂਗੇ ਸੰਗਤ ਨੂੰ ਘਰ। ਅਤੇ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਜੀ, ਹੱਸਦੇ ਵੱਸਦੇ ਰਹੋ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਇੱਧਰ ਪੁਰਾਣਾ ਘਰ, ਆਪਾਂ ਪੁਰਾਣਾ ਘਰ ਜ਼ਰੂਰ ਦਿਖਾਉਂਦੇ ਹਾਂ ਸੰਗਤ ਨੂੰ, ਕਿਉਂਕਿ ਸੰਗਤ ਭੈਣ ਭਰਾਵਾਂ ਦੇ ਬੜੇ ਮੈਸੇਜ ਹੁੰਦੇ ਨੇ ਵੀ ਸਾਨੂੰ ਇੱਧਰਲਾ ਘਰ ਜ਼ਰੂਰ ਦਿਖਾਉਂਦੇ ਰਿਹਾ ਕਰੋ, ਕਿਉਂਕਿ ਇੱਧਰਲੇ ਘਰ ਨਾਲ ਬਹੁਤ ਯਾਦਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਜੀ। ਅਤੇ ਕਿਉਂਕਿ ਸੰਗਤ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਸ ਘਰ ਦੇ ਵਿੱਚ ਸਾਨੂੰ ਦੇਖਿਆ, ਦੇਖਿਓ ਤੁਸੀਂ ਬਾਪੂ ਜੀ। ਹਾਂਜੀ ਬਾਪੂ ਜੀ, ਵਾਹਿਗੁਰੂ। ਦੇਖਿਓ ਜਦੋਂ ਇਹ ਪਛਾਣ ਲੈਣਗੇ ਨਾ ਜੀ, ਨਾ ਤਾਂ ਇਹਨਾਂ ਨੂੰ ਸੁਣਦਾ ਜੀ, ਨਾ ਇਹ ਬੋਲਦੇ ਨੇ, ਨਾ ਇਹਨਾਂ ਨੂੰ ਦਿਖਦਾ। ਠੀਕ ਹੋ? ਹਾਂ, ਕੀ ਚੀਜ਼ ਕਹਿੰਦੇ ਨੇ? ਦਵਾਈ, ਦਵਾਈ ਆਉਂਦੀ ਆ ਜੀ, ਦਵਾਈ ਆ ਰਹੀ ਆ ਜੀ। ਵਾਹਿਗੁਰੂ। ਇਹਨਾਂ ਨੂੰ ਨਾ ਤਾਂ ਜੀ ਦਿਖਦਾ, ਨਾ ਇਹ ਬੋਲਦੇ ਨੇ, ਨਾ ਇਹਨਾਂ ਨੂੰ ਕੁਛ ਸੁਣਦਾ, ਬਸ ਇੰਨਾ ਕੇ ਬੋਲਦੇ ਨੇ ਜੀ, ਜਿੰਨਾ ਕੁ ਹੁਣ ਤੁਹਾਡੇ ਸਾਹਮਣੇ ਬੋਲੇ ਨੇ, ਇਦੂ ਇਲਾਵਾ ਕੁਛ ਨਹੀਂ ਬੋਲਦੇ ਗੁਰੂ ਮਹਾਰਾਜ। ਇਹ ਮੋਬਾਈਲ ਆ ਜੀ, ਗੁਰੂ ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਵਾਹਿਗੁਰੂ। ਹਾਂ ਹਾਂ ਲਓ, ਬਿਲਕੁਲ ਕੜੇ ਤੋਂ ਪਛਾਣਦੇ ਨੇ, ਦੇਖੋ।
ਵਾਹਿਗੁਰੂ 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 ਬਾਪੂ ਸੱਚੇ ਪਾਤਸ਼ਾਹ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ 'ਚ ਰੱਖੇ। ਬਹੁਤ ਸਾਰਾ ਪਿਆਰ, ਬਹੁਤ ਸਾਰਾ ਪਿਆਰ, ਬਹੁਤ ਸਾਰਾ ਪਿਆਰ ਬਾਪੂ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਓ ਵਾਹਿਗੁਰੂ। ਦਵਾਈ ਮੰਗਦੇ ਨੇ, ਦਵਾਈ ਦਵਾਈ ਆ ਰਹੀ ਹੈ ਜੀ। ਇਹ ਰੋਡ 'ਤੇ ਰਹਿੰਦੇ ਸੀ ਜੀ, ਬਹੁਤ ਬੁਰੇ ਹਾਲਾਤ ਸੀਗੇ ਜੀ ਉੱਥੇ। ਠੀਕ ਆ ਬਾਪੂ, ਠੀਕ ਆ ਜੀ ਬਾਪੂ ਜੀ। ਠੀਕ ਹੈ ਜੀ, ਇਹ ਸਕੂਟਰ ਦੇ ਸਕੂਟਰ ਦਾ ਟਾਇਰ ਹੋਵੇ ਨਾ ਜੀ, ਆਹ ਪਟਾਇਰ ਆਹ ਘਸ ਗਿਆ ਨਾ ਟਾਇਰ। ਠੀਕ ਹੈ ਜੀ, ਆਹ ਤਿਲਕ ਇਹ ਲੱਗਦਾ ਨਹੀਂ ਸੀ। ਠੀਕ ਹੈ ਜੀ, ਇਹ ਚਮੋ ਲੱਗੂਗਾ, ਆਪਾਂ ਲਵਾ ਲਾਂਗੇ ਜੀ, ਇਹ ਮੇਰੀ ਡਿਊਟੀ ਹੈ ਜੀ। ਠੀਕ ਹੈ ਜੀ ਬਾਪੂ ਜੀ, ਲਓ ਮਹਾਰਾਜ ਸੱਚੇ ਪਾਤਸ਼ਾਹ।